ਜੀ ਨਿਕਲ ਗਏ ਭਾਈ ਅੱਗਿਓ ਸਾਈਡ 'ਤੇ ਆ ਜਾਓ ਭਾਈ ਅੱਗਿਓ ਸਾਈਡ 'ਤੇ ਆ ਜਾਓ ਨਹੀਂ 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 ਨਹੀ
diablo. ਇਹ ਕਿੱਦਾਂ ਐਕਸੀਡੈਂਟ ਹੋਇਆ ਭਾਈ? ਐਕਸੀਡੈਂਟ ਤਾਂ ਪਤਾ ਨੀਲ ਨੂੰ ਉਹਦੀ ਆਈ ਆ, ਨੀਂਦ ਆ ਗਈ ਬੰਦੇ ਨੂੰ ਮਾਰ ਖੜੇ ਟਰਾਲੇ ਦੇ ਵਿੱਚ. ਇਹ ਫਿਰ ਕਿੰਨੇ ਕੁ ਵਜੇ ਦਾ ਟਾਈਮ ਸੀਗਾ? ਇਹ 6:30 ਵਜੇ ਦਾ ਟਾਈਮ ਸੀ. ਹਾਂਜੀ 6:30 ਵਜੇ. ਅੱਛਾ ਅੱਛਾ 6:30 ਵਜੇ. 6:30 ਦਾ ਟਾਈਮ ਸੀ. ਬੰਦਾ ਗਿਆ ਪੁਲਿਸ ਵਾਲਾ ਗੁਰਦੁਆਰਾ ਸਾਹਿਬ, ਉੱਥੋਂ ਬੰਦੇ ਬੁਲਾ ਕੇ ਲਿਆ. ਦੇਖਿਆ ਹੋਣਗੇ ਕਾਫੀ ਸੱਤਾਂ ਲੱਗੀਆਂ ਸੀ ਬੰਦਿਆਂ ਨੂੰ ਬਹੁਤ ਜ਼ਿਆਦਾ. ਫਿਰ ਮੈਂ ਗੁਰਦੁਆਰਾ ਸਾਹਿਬ ਗ੍ਰੰਥ ਦੀ ਡਿਊਟੀ ਕਰੀ ਦੀ ਆ. ਅੱਛਾ. ਮੈਂ ਤਾਂ ਚਲ ਗਿਆ ਅਰਦਾਸ ਕਰਨ ਨੂੰ ਬੰਦੇ ਇੱਥੇ ਲੱਗੇ ਨੇ. ਇੱਥੇ ਤਾਂ ਕਾਨੂੰਨ ਇੰਨਾ ਮਾੜਾ, ਕੋਈ JCB ਨਹੀਂ ਇੱਥੇ, ਕੋਈ ਟ੍ਰੇਨ ਨਹੀਂ ਆਈ. ਕਿੱਦਾਂ ਬੰਦੇ ਸਹਿਕ ਸਹਿਕ ਮਰਨ ਡੇ ਆ ਇੱਥੇ? ਇੰਨਾ ਵੀ ਨਹੀਂ ਹੋਣਾ ਚਾਹੀਦਾ ਬੰਦੇ ਨੂੰ, ਚੀਜ਼ਾਂ ਉਪਲਬਧ ਹੋਣੀਆਂ ਚਾਹੀਦੀਆਂ ਅਤੇ ਕਰੇਨ ਕਰੂਨ ਤਾਂ ਆਉਣੀ ਚਾਹੀਦੀ. ਇੰਨੇ 5:30 ਦਾ ਐਕਸੀਡੈਂਟ ਹੋਇਆ ਅਤੇ ਅਜੇ ਤੱਕ ਕੋਈ ਚੀਜ਼ ਨਹੀਂ ਆਈ ਇੱਥੇ. ਗੱਡੀ ਆਪਣੇ ਕਿੱਧਰ ਜਾ ਰਹੀ ਹੈ? ਸਵੇਰੇ ਮੋਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗੁਰਦਾਸਪੁਰ ਦੀ ਡਰਾਈਵਰ ਫੋਰਸ ਲੈ ਕੇ ਜਲੰਧਰ ਤੋਂ DAP ਤੋਂ ਲੈ ਕੇ ਆ ਰਿਹਾ ਸੀਗਾ ਜੀ. ਉਹ ਅਚਾਨਕ ਇੱਥੇ ਟਰਾਲਾ ਖੜਾ ਸੀਗਾ ਰੋਡ 'ਤੇ, ਉਹਦੇ ਵਿੱਚ ਵੱਜ ਗਈ ਆ. ਉਹ ਵੱਜਣ ਕਾਰਨ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ, ਇੱਕ ਨਾਲ ਲੇਡੀ ਕੰਸਟੇਬਲ ਸੀ ਉਹਦੀ ਡੈਥ ਹੋਈ ਆ ਜੀ, ਇੱਕ ਮੁਲਾਜ਼ਮ ਹੋਰ ਆ ਜਿਹਦੀ ਡੈਥ ਹੋਈ ਆ, ਅਤੇ 3-4 ਮੁਲਾਜ਼ਮ ਇੰਜਰਡ ਹੋਏ ਆ ਜੀ. ਉਹਨਾਂ ਨੂੰ ਫਸਟ ਦੇ ਕੇ ਹੋਸਪਿਟਲ ਭੇਜਿਆ ਜੀ, ਉੱਥੋਂ ਕੁਛ ਰੈਫਰ ਕੀਤੇ 2 ਜੀ ਜਲੰਧਰ ਨੂੰ, ਅਤੇ ਬਾਕੀ DSP ਸਾਹਿਬ ਆ ਸਾਡੇ ਵਿੱਚ ਸਾਹਿਬ ਮੌਕੇ 'ਤੇ ਜੀ, ਉੱਥੇ ਕਰ ਰਿਹਾ ਜੀ. ਹਾਦਸੇ ਦੇ ਕਾਰਨਾਂ ਦਾ ਪਤਾ ਲੱਗ ਸਕਦਾ? ਅਜੇ ਫਿਲਹਾਲ ਕੋਈ ਕਾਰਨਾਂ ਦਾ ਪਤਾ ਨਹੀਂ ਗਾ ਜੀ ਕਿਵੇਂ ਹੋਇਆ ਜੀ, ਬਾਕੀ ਸਾਰੀ ਜਾਣਕਾਰੀ ਦੇਖ ਰਹੇ ਹਾਂ ਜੀ, ਉਸ ਤੋਂ ਬਾਅਦ ਦੇਵਾਂਗੇ. ਅਤੇ ਮੁਲਾਜ਼ਮਾਂ ਵਾਲੀ ਬੱਸ ਕਿੱਥੋਂ ਕਿੱਥੇ ਜਾ ਰਹੀ ਸੀ? ਮੁਲਾਜ਼ਮਾਂ ਦੀ ਜਿਹੜੀ ਬੱਸ ਹੈ ਜੀ, ਇਹ ਜਲੰਧਰ ਤੋਂ PAP ਸੈਂਟਰ ਤੋਂ ਲੈ ਕੇ ਇਹ ਆਪਣੇ ਗੁਰਦਾਸਪੁਰ ਨੂੰ ਜਾ ਰਹੇ ਸੀ. ਠੀਕ ਹੈ ਜੀ. ਕਿੰਨੇ ਕੁ ਜਾਣੇ ਸੀਗੇ ਜੀ? ਮੁਲਾਜ਼ਮ ਸੀਗੇ ਜੀ 15-20 ਜਾਣੇ ਸੀਗੇ. ਠੀਕ ਹੈ, ਧੰਨਵਾਦ, ਸ਼ੁਕਰੀਆ. ਕਿਹੜੀ ਜਗ੍ਹਾ ਤੋਂ ਭਾਜੀ ਆ ਰਹੇ, ਕਿੱਥੋਂ ਕਿੱਥੇ ਜਾ ਰਹੇ ਸੀਗੇ? ਅਸੀਂ ਜਲੰਧਰ ਡਿਊਟੀ ਵਾਸਤੇ ਗੁਰਦਾਸਪੁਰ ਜਾ ਰਹੇ. ਠੀਕ ਹੈ. ਅਤੇ ਕਿੰਨੇ ਕੁ ਵਜੇ ਦਾ ਟਾਈਮ ਸੀਗਾ? ਘੰਟੇ ਗੱਡੀ ਸਾਨੂੰ ਸਮਾਂ ਆਪ ਨੀ ਪਤਾ, ਸਾਰੇ ਬੰਦੇ ਘੱਟ ਤੋਂ ਘੱਟ ਕਈਆਂ ਦੇ ਅੱਖਾਂ ਉੱਖਾਂ ਲੱਗੀਆਂ ਹੋਈਆਂ, ਜਿੱਦਾਂ ਸੁੱਤੇ ਪਏ ਤਾਂ ਵਿੱਚ ਜਾਗਦੇ ਵੀ, ਰੋਲੀ ਪੈ ਗਈ ਇੱਕ ਵਾਰ ਵੀ, ਗੱਡੀ ਰੋਂਗ ਸਾਈਡ ਚੱਲ ਗਈ ਹੈ ਤੇ ਉਹਦੇ ਪਤਾ ਲੱਗਿਆ ਜਦੋਂ. ਠੀਕ ਹੈ. ਅਤੇ ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਤੁਹਾਡੇ ਸਾਹਮਣੇ ਸਰ, ਇੱਕ ਤੋਂ ਡੈਥ ਵੀ ਹੋ ਗਏ, ਇੱਕ ਤੋਂ ਡੈਥ ਹੋ ਗਈ, ਅਤੇ ਬਾਕੀ ਸਾਰੇ ਜ਼ਖਮੀ ਆ. ਮਤਲਬ ਜ਼ਖਮੀ ਬਹੁਤ ਆ, ਜਿਹਨਾਂ ਨੂੰ ਹੁਣ ਹਸਪਤਾਲ ਲੈ ਗਏ ਆ. ਘੱਟੋ ਘੱਟ 10-12 ਜਿਹੜੇ ਜ਼ਖਮੀ ਆ, 10 ਹੋਣੇ ਆ ਜਿਹੜੇ ਹਸਪਤਾਲ ਲੈ ਗਏ. ਠੀਕ ਹੈ. ਆਪਣਾ ਕੀ ਨਾਮ? ਮੇਰਾ PSI ਜਤਿੰਦਰ ਸਿੰਘ ਮੇਰਾ ਨਾਂ ਆ. ਮੈਂ ਜਲੰਧਰ 'ਚ ਉੱਥੇ ਡਿਊਟੀ ਕਰਦਾ. ਓਕੇ. ਅਸੀਂ ਧੰਨਵਾਦ.